ਭਗਤ ਰਵਿਦਾਸ ਕੀ ਹੈ ਮਹਾਰਾਜ ਘੜੀ? ਇਹੋ ਜਿਹੇ 100 ਭਗਤ ਆ ਗਏ, ਗੁਰੂ ਰਵਿਦਾਸ, ਰਵਿਦਾਸ ਗੁਰੂ ਕਿੱਥੋਂ ਹੋ ਗਿਆ? ਉਹਦੇ ਭਗਤ ਆ ਤੇ ਉਹਨੇ ਭਗਤ ਹੀ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਮਨਾਂ ਦੇ ਚੇਲੇ ਦੀ ਇੱਕ ਹੋਰ ਵੀਡੀਓ ਆਈ ਜਿਹਦੇ 'ਚ ਭਗਤਾਂ ਬਾਰੇ ਬਕਵਾਸ ਕਰੀ ਜਾਂਦਾ ਕਿ ਰਵਿਦਾਸ ਜੀ ਦੇ ਨਾਮ ਦੇ ਨਾਲ ਸਤਿਗੁਰੂ ਲਫ਼ਜ਼ ਨਹੀਂ ਲੱਗ ਸਕਦਾ। ਸਤਿਗੁਰੂ ਦਾ ਦਰਜਾ ਭਗਤਾਂ ਨੂੰ ਗੁਰਬਾਣੀ ਦਿੰਦੀ ਹੈ। ਤੁਸੀਂ ਖੋਲੋ, ਦੇਖਾਂ ਤੁਸੀਂ ਖੋਲੋਗੇ, ਤੁਹਾਡੇ 'ਚ ਹਿੰਮਤ ਹੈ ਤਾਂ। ਗੁਰਬਾਣੀ ਦੇ ਵਿੱਚ ਸ਼ਬਦ ਪਿਆ, ਸਤ ਪੁਰਸ਼ ਜਿਹਨੇ ਜਾਣਿਆ ਸਤਿਗੁਰ ਤਿਸਕਾ ਨਾਉ। ਜਿਹਨੇ ਵੀ ਸਤ ਪੁਰਸ਼ ਨੂੰ ਜਾਣ ਲਿਆ ਉਹ ਸਤਿਗੁਰ ਹੈ। ਇਸ ਕਰਕੇ ਭਗਤਾਂ ਦੇ ਨਾਂ ਦੇ ਨਾਲ ਵੀ ਸਤਿਗੁਰੂ ਲਫ਼ਜ਼ ਲੱਗ ਸਕਦਾ, ਲੱਗੂਗਾ, ਕੋਈ ਰੋਕ ਨਹੀਂ ਸਕਦਾ। ਅਤੇ ਰਹੀ ਗੱਲ ਗੁਰੂ ਦੀ, ਗੁਰੂ ਸਾਰਿਆਂ ਦਾ ਇੱਕੋ ਹੀ ਹੈ, ਭਗਤਾਂ ਦਾ ਵੀ ਅਤੇ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਕਹਿੰਦੇ ਉਹਨਾਂ ਦਾ ਵੀ, ਉਹ ਵੀ ਭਗਤ ਹੀ ਨੇ। ਦਸਮ ਪਾਤਸ਼ਾਹ ਦਾ ਸ਼ਬਦ ਹੈ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਹਮਾਰਾ ਸ਼ਬਦ ਕਿਹਾ ਉਹਨਾਂ ਨੇ, ਸਾਡਾ ਸਾਰਿਆਂ ਦਾ ਹੀ ਗੁਰੂ ਇੱਕ ਹੈ। ਇਸ ਕਰਕੇ ਸੰਸਾਰ ਦੇ ਵਿੱਚ ਕੋਈ ਗੁਰੂ ਨਹੀਂ ਹੁੰਦਾ, ਸਤਿਗੁਰ ਹੁੰਦੇ ਨੇ। ਜਿਹੜੇ ਸੱਤ ਦਾ ਗਿਆਨ ਕਰਾਉਂਦੇ ਨੇ ਉਹ ਸਾਰੇ ਹੀ ਸਤਿਗੁਰ ਨੇ। ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ, ਇਹ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ, ਇਹ ਹੁੱਜਤਬਾਜ਼ੀਆਂ ਨਾ ਕਰਿਆ ਕਰੋ। ਹੁੱਜਤਾਂ ਵੀ ਆਉਂਦੀਆਂ ਨੇ, ਹੁੱਜਤਾਂ ਦੇ ਜਵਾਬ ਵੀ ਆਉਂਦੇ ਨੇ। ਸੱਤ ਪੁਰਸ਼ ਕੌਣ ਹੁੰਦਾ? ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ ਨਾ। ਅਕਾਲ ਕੀ ਹੁੰਦਾ? ਜਿਹਦਾ ਕਦੇ ਕਾਲ ਨਹੀਂ ਹੁੰਦਾ ਉਹ ਅਕਾਲ ਹੈ, ਅਤੇ ਜਿਹਦਾ ਅਕਾਲ ਨਹੀਂ ਹੁੰਦਾ ਉਹੀ ਸੱਤ ਹੈ। ਚਾਹੇ ਸੱਤ ਪੁਰਸ਼ ਕਹੋ ਅਤੇ ਚਾਹੇ ਅਕਾਲ ਪੁਰਖ ਕਹੋ, ਇੱਕੋ ਹੀ ਗੱਲ ਹੈ। ਜਿਹਨੇ ਉਹ ਸੱਤ ਪੁਰਸ਼ ਨੂੰ ਜਾਣ ਲਿਆ ਉਹਨੂੰ ਸਤਿਗੁਰ ਕਿਹਾ ਜਾ ਸਕਦਾ, ਉਹ ਸਤਿਗੁਰ ਹੈਗਾ ਆ। ਕਿਉਂਕਿ ਜਿਹਨੇ ਆਪ ਜਾਣ ਲਿਆ ਉਹ ਦੂਜੇ ਨੂੰ ਵੀ ਜਣਾ ਸਕਦਾ ਆ, ਦੂਜੇ ਨੂੰ ਵੀ ਦੱਸ ਸਕਦਾ ਆ। ਇੱਕ ਦੀਵੇ ਦੇ ਨਾਲ, ਜਗਦੇ ਦੇ ਨਾਲ ਦੂਜਾ ਦੀਵਾ ਜਗਾਇਆ ਜਾ ਸਕਦਾ ਆ। ਦੂਜੀ ਗੱਲ ਕਹੀ ਕਿ ਜਿਹੜੇ ਇਹਨਾਂ ਨੂੰ ਗੁਰ, ਸਤਿਗੁਰ ਜਾਂ ਗੁਰੂ ਕਹਿੰਦੇ ਨੇ ਨਾ, ਉਹ ਨਰਕਾਂ ਨੂੰ ਜਾਣਗੇ। ਵੀਰ ਮੇਰਿਆ, ਇਹ ਨਰਕ ਸਵਰਗ ਤੁਹਾਡੇ ਬਣਾਏ ਹੋਏ ਨੇ ਹਿੰਦੂਆਂ ਦੇ, ਤਾਂ ਹੀ ਤੁਹਾਨੂੰ ਉਹ ਕੇਸਾਧਾਰੀ ਹਿੰਦੂ ਕਹਿੰਦੇ ਨੇ। ਤੁਸੀਂ ਹੈਗੇ ਹੋ, ਤੁਹਾਡੇ ਲੱਛਣ ਕੇਸਾਧਾਰੀ ਹਿੰਦੂਆਂ ਵਾਲੇ ਨੇ ਤੁਹਾਡੇ। ਗੁਰਬਾਣੀ ਮੰਨਦੀ ਹੈ ਨਰਕ ਸਵਰਗ ਨੂੰ? ਨਰਕ ਸਵਰਗ ਕੋਨਸੈਪਟ ਹੈ ਜਿਹੜਾ ਹਿੰਦੂਆਂ ਦਾ ਹੈ, ਮੁਸਲਮਾਨਾਂ ਦਾ ਜੰਨਤ ਅਤੇ ਦੋਜ਼ਖ, ਪਰ ਗੁਰਬਾਣੀ ਦਾ ਨਹੀਂ ਹੈਗਾ। ਗੁਰਬਾਣੀ ਦਾ ਫਰਮਾਨ ਹੈ, ਕਿਆ ਨਰਕ ਕਿਆ ਸਰਗ ਸਵਰਗ ਵਿਚਾਰਾ, ਸੰਤਨ ਦੋਊ ਰਾਧੇ। ਇਹ ਸੱਚੇ ਸੰਤਾਂ ਨੇ ਰੱਦ ਕੀਤੇ ਹੋਏ ਨੇ। ਇਹ ਸੰਤਾਂ ਦੀ ਪਹਿਚਾਣ ਦੱਸੀ ਹੋਈ ਹੈ ਇਸ ਸ਼ਬਦ ਦੇ ਵਿੱਚ। ਸੰਤ ਕੌਣ ਹੈ? ਸੰਤ ਉਹ ਹੈ ਜਿਹਨੇ ਰੱਦ ਕਰਤੇ। ਇਸੇ ਕਰਕੇ ਤੁਹਾਡੇ ਪ੍ਰੇਮਾਨੰਦ ਨੂੰ ਅਸੀਂ ਸੰਤ ਨਹੀਂ ਮੰਨਦੇ। ਪਿਛਲੀ ਵੀਡੀਓ ਦੇ ਵਿੱਚ ਗੁਰਬਾਣੀ ਵਾਲਾ ਸੰਤ ਕੌਣ ਹੈ, ਗੁਰਬਾਣੀ ਸਾਧ ਕਿਹਨੂੰ ਮੰਨਦੇ, ਉਹਦੀ ਡੈਫੀਨੇਸ਼ਨ ਦਿੱਤੀ ਸੀ। ਇਹ ਨਹੀਂ ਸੀ ਦੱਸਿਆ ਹਜੇ ਕਿ ਗੁਰਬਾਣੀ ਦੇ ਵਿੱਚ ਹੋਰ ਕਿੰਨਾ ਕੁਛ ਪਿਆ। ਜਿਹੜੇ ਸੰਤ ਬਣੇ ਹੋਏ ਨੇ ਝੂਠੇ, ਇਹਨਾਂ ਦੇ ਖਿਲਾਫ਼। ਇਸੇ ਕਰਕੇ ਤੁਹਾਡੇ ਪ੍ਰੇਮਾਨੰਦ ਨੂੰ ਅਸੀਂ ਸੰਤ ਨਹੀਂ ਮੰਨਦੇ। ਗੁਰਬਾਣੀ ਦੱਸਦੀ ਹੈ ਤੁਹਾਡਾ ਪ੍ਰੇਮਾਨੰਦ ਨਰਕ ਸਵਰਗ ਨੂੰ ਮੰਨਦਾ। ਜੇ ਨਰਕ ਅਤੇ ਸਵਰਗ ਹੁੰਦਾ, ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਨਰਕਾਂ ਦੇ ਵਿੱਚ ਪੈਣਗੇ, ਫਿਰ ਇਸ ਸਰੀਰ ਦੇ ਵਿੱਚ ਜੀਵ ਨੂੰ ਪਾਉਣ ਦੀ ਲੋੜ ਨਹੀਂ ਸੀ। ਨਰਕ ਦੇ ਵਿੱਚ ਹੀ ਪਾ ਕੇ ਸਜ਼ਾ ਦਿੰਦੇ, ਉੱਥੇ ਹੀ ਗੱਲ ਨਿਬੇੜ ਦਿੰਦੇ, ਇੱਥੇ ਜ਼ਰੂਰਤ ਨਹੀਂ ਸੀ ਭੇਜਣ ਦੀ। ਇਹ ਨਰਕ ਸਵਰਗ ਤੁਹਾਡੇ ਪੰਡਤਾਂ ਨੇ ਬਣਾਏ ਹੋਏ ਨੇ, ਇਹ ਝੂਠੇ।
ਅਸੀਂ ਨਹੀਂ ਮੰਨਦੇ ਇਹਨਾਂ ਨੂੰ। ਭਗਤ ਸਾਹਿਬਾਨ ਤਾਂ ਤੁਹਾਡੇ ਜਮਾਂ ਨੂੰ ਨਹੀਂ ਕੁਛ ਸਮਝਦੇ, ਉਹ ਤਾਂ ਕਹਿੰਦੇ ਜਿਨ ਇਹ ਜੰਮੂਆ ਸਿਰਜਿਆ, ਕਹਿੰਦੇ ਇਹ ਜੰਮੂਆ ਜੰਮੂ ਰਾਜਾ ਜਿਹਨੂੰ ਤੁਸੀਂ ਜਮ ਕਹਿੰਦੇ ਹੋ, ਜਿਨ ਇਹ ਸਿਰਜਿਆ ਸੋ ਜਪਿਓ ਸਿਰਜਣਹਾਰ, ਅਸੀਂ ਤਾਂ ਉਹ ਸਿਰਜਣਹਾਰ ਨੂੰ ਜਪਦੇ ਹਾਂ, ਆ ਜਮਾਂ ਜੁਮਾਂ ਨੂੰ ਅਸੀਂ ਕੀ ਸਮਝਦੇ ਹਾਂ ਤੁਹਾਡਿਆਂ ਨੂੰ? ਖਾਲਸਾ ਨਹੀਂ ਡਰਦਾ ਇਹਨਾਂ ਤੋਂ, ਇਸ ਕਰਕੇ ਨਰਕ ਸਵਰਗ ਵੀ ਆਪਣੇ ਆਪਣੇ ਕੋਲ ਹੀ ਰੱਖੋ ਇਹਦਾ ਡਰ। ਤੀਜਾ, ਮਹਾ ਝੂਠ ਬੋਲਿਆ ਭਗਤ ਨਾਮਦੇਵ ਜੀ ਬਾਰੇ, ਜਿਹੜਾ ਕਿਹਾ ਕਿ ਭਗਤ ਨਾਮਦੇਵ ਜੀ ਕ੍ਰਿਸ਼ਨ ਦਾ ਨਾਂ ਜਪਦੇ ਸੀ। ਭਗਤ ਨਹੀਂ ਜਪਦੇ, ਭਗਤਾਂ ਨੇ ਤਾਂ ਸ਼ਰਿਆਮ ਕਿਹਾ, ਭਗਤ ਨਾਮਦੇਵ ਜੀ ਦੀ ਬਾਣੀ ਪਈ ਹੈ, ਹਿੰਦੂ ਅੰਨਾ ਤੁਰਕੂ ਕਾਣਾ ਦੋਹੂੰ ਅਤੇ ਗਿਆਨੀ ਸਿਆਣਾ। ਤਾਂ ਹਿੰਦੂ ਧਰਮ ਵਾਲਿਆਂ ਨੂੰ ਇਹ ਅੰਨਾ ਕਹਿੰਦੇ ਨੇ, ਕਹਿੰਦੇ ਮੂਰਤੀ ਪੂਜਕ ਨੇ ਇਹ। ਦੂਜੀ ਗੱਲ, ਉਹਨਾਂ ਦਾ ਹੀ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਹੀ, ਉਹ ਕਹਿੰਦੇ ਨੇ ਇੱਕ ਹੈ ਪੱਥਰ ਕੀਜੈ ਪਾਓ, ਦੁਤੀਆ ਪੱਥਰ ਧਰੀਐ ਪਾਓ। ਦੋ ਪੱਥਰ ਨੇ, ਇੱਕ ਪੱਥਰ ਦੀ ਤੁਸੀਂ ਮੂਰਤੀ ਬਣਾ ਲਈ, ਅੰਦਰ ਰੱਖ ਲਈ, ਉਹਨੂੰ ਬੜਾ ਭਾਓ ਪ੍ਰੇਮ ਕਰਦੇ ਹੋ ਤੁਸੀਂ, ਅਤੇ ਉਹਦੇ ਨਾਲ ਦਾ ਹੀ ਪੱਥਰ ਤੁਸੀਂ ਸੀੜੀਆਂ 'ਤੇ ਫਰਸ਼ 'ਤੇ ਲਾਇਆ ਹੋਇਆ, ਉਹਦੇ 'ਤੇ ਤੁਸੀਂ ਪੈਰ ਰੱਖਦੇ ਹੋ, ਇਹ ਵਿਤਕਰਾ ਕਾਹਤੋਂ ਕਰਦੇ ਹੋ, ਹੈਗਾ ਤਾਂ ਪੱਥਰ ਹੀ ਹੈ। ਜੇ ਉਹ ਦੇਵਾ ਤਾਂ ਇਹ ਵੀ ਦਿਓ, ਇਹਨੂੰ ਛੋਟਾ ਦੇਵਤਾ ਮੰਨ ਲਓ ਜਿਹਦੇ 'ਤੇ ਪੈਰ ਰੱਖੀ ਖੜ੍ਹੇ ਹੋ, ਇਹਦੇ 'ਤੇ ਫਿਰ ਪੈਰ ਕਿਉਂ ਰੱਖਦੇ ਹੋ? ਇਹ ਗੱਲਾਂ ਕੀਤੀਆਂ ਨੇ ਭਗਤਾਂ ਨੇ, ਅਤੇ ਤੁਸੀਂ ਭਗਤਾਂ ਨੂੰ ਸਾਬਤ ਕਰਦੇ ਹੋ ਕ੍ਰਿਸ਼ਨ ਦਾ ਭਗਤ, ਕ੍ਰਿਸ਼ਨ ਦੇ ਭਗਤ। ਭਗਤ ਕਬੀਰ ਜੀ ਦਾ ਜਾ ਕੇ ਸ਼ਬਦ ਪੜ੍ਹਿਓ, ਜੋ ਤੁਮ ਕਹਿਤ ਹੋ ਨੰਦ ਕੋ ਨੰਦਨ, ਪੜ੍ਹਿਓ ਸ਼ਬਦ ਜਾ ਕੇ, ਤਬ ਇਹ ਨੰਦਨ ਕਹਾਂ ਤੋਰੇ। ਭਗਤ ਕਬੀਰ ਜੀ ਕਹਿੰਦੇ ਨੇ ਸੰਕਟ ਨਹੀਂ ਪਰੈ, ਉਹਦੇ 'ਤੇ ਸੰਕਟ ਨਹੀਂ ਪੈਂਦਾ, ਜੂਨ ਨਹੀਂ ਆਵੈ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਜਿਹਨੂੰ ਗੁਰੂ ਨਾਨਕ ਸਾਹਿਬ ਵੀ ਅਜੂਨੀ ਕਹਿੰਦੇ ਨੇ, ਅਜੂਨ ਹੈ। ਦਸਮ ਪਾਤਸ਼ਾਹ ਨੇ ਕਿਹਾ ਸੀ ਤੂੰ ਜੂਨ ਜਗਤ ਮੈਂ ਕਬਹੂ ਨਾ ਆਇਆ, ਕਦੇ ਜੂਨੀ ਧਾਰ ਕੇ ਸੰਸਾਰ ਦੇ ਵਿੱਚ ਆਇਆ ਹੀ ਨਹੀਂ, ਗੁਰੂ ਨਾਨਕ ਸਾਹਿਬ ਨੇ ਅਜੂਨੀ ਕਿਹਾ ਉਹਨੂੰ। ਭਗਤ ਸਾਹਿਬਾਨ ਕਬੀਰ ਜੀ ਕਹਿੰਦੇ ਨੇ ਜਿਹਨਾਂ ਨੂੰ ਤੁਸੀਂ ਕ੍ਰਿਸ਼ਨ ਦੇ ਭਗਤ ਭਗਤਾਂ ਨੂੰ ਸਾਬਤ ਕਰਦੇ ਹੋ, ਸੰਕਟ ਨਹੀਂ ਪਰੈ ਜੂਨ ਨਹੀਂ ਆਵੈ, ਕਬੀਰ ਕੋ ਸਵਾਮੀ ਐਸੋ ਠਾਕੁਰ, ਜਾ ਕੀ ਮਾਏ ਨਾ ਬਾਪੋ ਰੇ। ਉਹਦੀ ਨਾ ਮਾਂ ਆ ਨਾ ਪਿਓ ਆ ਕ੍ਰਿਸ਼ਨ ਦਾ, ਤੇਰੇ ਤਾਂ ਮਾਂ ਵੀ ਹੈ ਅਤੇ ਪਿਓ ਵੀ ਹੈ, ਅਤੇ ਉਹਦੇ 'ਤੇ ਸੰਕਟ ਵੀ ਪਿਆ। ਜਾ ਕੇ ਆ ਸ਼ੇਰ ਸਿੰਘ ਦਾ ਹੀ ਕੀਤੀ ਪਈ ਹੈ ਕਥਾ, ਕ੍ਰਿਸ਼ਨ ਅਤੇ ਖੜਗ ਸਿੰਘ ਦਾ ਯੁੱਧ, ਮੂਹਰੇ ਮੂਹਰੇ ਲਾਇਆ ਹੋਇਆ ਸੀ ਖੜਗ ਸਿੰਘ ਨੇ, ਉਹਦੇ 'ਤੇ ਤਾਂ ਸੰਕਟ ਪੈ ਗਿਆ ਸੀ। ਸਾਡਾ ਸਵਾਮੀ ਉਹ ਹੈ, ਭਗਤਾਂ ਦਾ ਸਵਾਮੀ ਉਹ ਹੈ ਜਿਹਦੇ 'ਤੇ ਕਦੇ ਸੰਕਟ ਪੈਂਦਾ ਹੀ ਨਹੀਂ। ਜਿਹੜੀ ਗੱਲ ਭਗਤ ਨਾਮਦੇਵ ਜੀ ਬਾਰੇ ਕਹੀ ਆ ਉਹ ਸਰਾਸਰ ਤੇਰੀ ਝੂਠੀ ਗੱਲ ਹੈ, ਗੁਰਬਾਣੀ 'ਚੋਂ ਸਾਬਤ ਕਰ ਦਿਓ, ਜੋ ਕਹੋਗੇ ਉਹ ਸਜ਼ਾ ਮਨਜ਼ੂਰ ਕਰਾਂਗੇ। ਨਹੀਂ ਅਸੀਂ ਦੱਸਦੇ ਹਾਂ ਭਗਤ ਜੀ ਨੇ ਕੀ ਕਿਹਾ। ਜਦੋਂ ਭਗਤ ਨਾਮਦੇਵ ਜੀ ਨੂੰ ਫੜ ਕੇ ਲੈ ਕੇ ਗਏ, ਉਹਨਾਂ ਨੇ ਕਿਹਾ ਕਿ ਆਹ ਮਰੀ ਗਊ ਪਈ ਆ, ਇਹਨੂੰ ਜਿਉਂਦੀ ਕਰੋ, ਨਹੀਂ ਤੁਹਾਨੂੰ ਸਜ਼ਾ ਲਾਵਾਂਗੇ। ਜਦੋਂ ਹਾਥੀ ਮੂਹਰੇ ਸੁੱਟਣ ਲੱਗੇ, ਭਗਤ ਜੀ ਦੀ ਮਾਤਾ ਨੇ ਕਿਹਾ ਸੀ ਰਾਮ ਛਾੜ ਕਿਉਂ ਨਾ ਭਜੈ ਖੁਦਾਏ, ਕਹਿੰਦੇ ਰਾਮ ਰਾਮ ਕਹਿਣਾ ਛੱਡ ਦੇ ਪੁੱਤਰਾ, ਖੁਦਾ ਖੁਦਾ ਭਜ ਲੈ, ਤੈਨੂੰ ਬਖਸ਼ ਦੇਣਗੇ, ਤੇਰੀ ਜਾਨ ਬਖਸ਼ ਦੇਣਗੇ। ਇਹ ਗੁਰਬਾਣੀ ਦਾ ਸ਼ਬਦ ਹੈ, ਰਾਮ ਛਾੜ ਕਿਉਂ ਨਾ ਭਜੈ ਖੁਦਾਏ। ਅਤੇ ਭਗਤ ਨਾਮਦੇਵ ਜੀ ਨੇ ਪਤਾ ਕੀ ਕਿਹਾ ਸੀ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਮੈਂ ਤੇਰਾ ਪੁੱਤੀ ਨਹੀਂ ਹੈਗਾ, ਤੂੰ ਮੈਨੂੰ ਬਚਾਉਣ ਵਾਸਤੇ ਮੈਨੂੰ ਕਹਿ ਰਹੀ ਹੈ ਕਿ ਰਾਮ ਛੱਡ ਦੇ, ਖੁਦਾ ਖੁਦਾ ਭਜ ਲੈ, ਤੂੰ ਮੇਰੀ ਮਾਏ ਹੈ ਨਹੀਂ ਅਤੇ ਮੈਂ ਤੇਰਾ ਪੁੱਤ ਹੈ ਨਹੀਂ, ਪੂੰਗੜਾ ਹੀ ਨਹੀਂ ਮੈਂ ਤੇਰਾ, ਤੂੰ ਆ ਸਰੀਰ ਨੂੰ ਜਨਮ ਦਿੱਤਾ ਹੋਊਗਾ, ਮੈਂ ਆ ਸਰੀਰ ਇੱਥੇ ਹੀ ਛੱਡ ਜਾਣਾ, ਤੂੰ ਆ ਸਰੀਰ ਚੱਕ ਕੇ ਘਰ ਨੂੰ ਲੈ ਜੀ। ਇਹ ਜਵਾਬ ਸੀ ਭਗਤ ਨਾਮ ਦਾ। ਤੂੰ ਕਹਿੰਦਾ ਕਿ ਉਹਨਾਂ ਨੇ ਕਹਿਤਾ ਜੀ ਮੇਰੀ ਜਾਨ ਬਚਾਓ, ਮੈਂ ਤੇਰਾ ਨਾਮ ਜਪਿਆ, ਕਿੱਥੇ ਲਿਖਿਆ ਹੋਇਆ ਦੱਸ ਦੇ, ਜੋ ਸਜ਼ਾ ਲਾਊਗੀ ਸੰਗਤ ਮੈਂ ਮਨਜ਼ੂਰ ਕਰੂੰਗਾ।
ਸਰੀਰ ਦੇ ਲੈਵਲ 'ਤੇ ਰਿਸ਼ਤਾ ਨਾਤਾ ਕੋਈ ਹੁੰਦਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਸੋਂ ਹੀ ਮਾਸ ਉਪਜੈ, ਮਾਸ ਤੋਂ ਮਾਸ ਪੈਦਾ ਹੋਇਆ। ਜਿਹੜੀ ਵਿੱਚ ਅੰਦਰ ਸਰੀਰ ਦੇ ਆਤਮਾ ਬੋਲਦੀ ਹੈ ਉਹ ਤਾਂ ਨਾ ਜੰਮਦੀ ਹੈ ਨਾ ਮਰਦੀ ਹੈ, ਜੀਵ ਤਾਂ ਮਰਦਾ ਹੀ ਨਹੀਂ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਨਾ ਕਿਛ ਜਨਮ ਹੈ ਨਾ ਕਿਛ ਮਰੈ। ਇਹ ਮੂਰਖਾਂ ਦਾ ਕੋਨਸੈਪਟ ਹੈ ਇਹ। ਕਾਕੋ ਪੂਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਕੋਈ ਐਸੇ ਇੱਥੇ ਕਿਸੇ ਦਾ ਪੁੱਤ ਨਹੀਂ, ਕੋਈ ਕਿਸੇ ਦਾ ਪਿਓ ਨਹੀਂ ਸਰੀਰ ਕਰਕੇ। ਇਹ ਤਾਂ ਮਾਸੋਂ ਹੀ ਮਾਸ ਉਪਜਿਆ ਆ, ਅਤੇ ਤੂੰ ਆਪਣੇ ਕੋਲੋਂ ਹੀ ਕਿੱਡਾ ਝੂਠ ਘੜ ਕੇ ਭਗਤਾਂ ਦੇ ਖਿਲਾਫ ਬੋਲਤਾ ਕਿ ਉਹਨਾਂ ਨੇ ਤਾਂ ਜੀ ਕਹਿਤਾ ਜੀ ਸਾਡੀ ਜਾਨ ਬਚਾਓ। ਕਿੱਥੇ ਕਿਹਾ ਇਹ ਗੱਲ ਸਾਬਤ ਕਰੀ। ਅਸੀਂ ਨਰਕ ਸਵਰਗ ਨੂੰ ਨਹੀਂ ਮੰਨਦੇ, ਇਸੇ ਕਰਕੇ ਸਾਡਾ ਪੰਥ ਨਿਆਰਾ ਏ, ਇਹ ਵੱਖਰਾ ਮਾਰਗ ਹੈ। ਹਮ ਅਕਾਲੀ ਸਭ ਕੇ ਬਾਲੀ, ਹਮਰਾ ਪੰਥ ਨਿਆਰਾ ਹੈ। ਨਿਆਰੇ ਦਾ ਅਰਥ ਹੁੰਦਾ ਹੈ ਵੱਖਰਾ, ਅੱਡ। ਸਾਡਾ ਨਾ ਹਿੰਦੂਆਂ ਨਾਲ ਕੋਈ ਮੇਲ ਹੈ, ਨਾ ਮੁਸਲਮਾਨਾਂ ਨਾਲ ਕੋਈ ਮੇਲ ਹੈ, ਕਿਉਂਕਿ ਉਹ ਜੰਨਤ ਦੋਜ਼ਖ ਨੂੰ ਮੰਨਦੇ ਨੇ, ਇਹ ਨਰਕ ਸਵਰਗ ਨੂੰ ਮੰਨਦੇ ਨੇ। ਇਹ ਨਰਕ ਸਵਰਗ ਆਪਣਾ ਆਪਣੇ ਕੋਲ ਹੀ ਰੱਖ। ਤੇਰਾ ਪ੍ਰੇਮਾਨੰਦ ਵੀ ਬਹੁਤ ਡਰ ਦਿੰਦਾ ਗਾ ਨਰਕ ਸਵਰਗ ਦੇ। ਗੁਰਬਾਣੀ ਨਹੀਂ ਨਰਕ ਸਵਰਗ ਨੂੰ ਮੰਨਦੀ। ਜਿਹੜੀ ਗੱਲ ਕਹੀ ਹੈ ਕਿ ਰਵੀਦਾਸ ਵਰਗੇ ਬਥੇਰੇ ਭਗਤ ਆਏ ਨੇ, ਮਹਾਰਾਜ ਤੋਂ ਵੱਡੇ ਨਹੀਂ, ਤੂੰ ਮਹਾਰਾਜ ਕਿਹਨੂੰ ਕਹਿੰਦਾ ਆ ਤੂੰ, ਉਹਦੇ ਬਾਰੇ ਵੀ ਗੁਰਬਾਣੀ ਦੇ ਵਿੱਚ ਸ਼ਬਦ ਪਿਆ, ਪੜ੍ਹ ਲਿਓ। ਬ੍ਰਹਮਾ ਬੜਾ ਕਿ ਜਾਸ ਉਪਾਇਆ, ਦੱਸੋ ਬ੍ਰਹਮਾ ਵੱਡਾ ਹੈ ਜਾਂ ਜਿਹਨੇ ਪੈਦਾ ਕੀਤਾ ਉਹ ਵੱਡਾ। ਵੇਦ ਬੜਾ ਕਿ ਜਹਾਂ 'ਤੇ ਆਇਆ, ਜਿਹੜੇ ਗ੍ਰੰਥ ਨੇ ਸਾਡੇ ਕੋਲ ਇਹ ਵੱਡੇ ਨੇ ਨਾ ਜਾਂ ਜਿਨ੍ਹਾਂ ਨੇ ਲਿਖੇ ਨੇ ਉਹ ਵੱਡੇ ਨੇ। ਦਸਮ ਪਾਤਸ਼ਾਹ ਸੀ, ਉਹਨਾਂ ਨੇ ਦਸਮ ਬਾਣੀ ਲਿਖੀ ਹੈ, ਉਹ ਦਸਮ ਬਾਣੀ ਜਿੰਨੀ ਮਰਜ਼ੀ ਲਿਖ ਸਕਦੇ ਸੀ। ਇੱਦਾਂ ਹੀ ਭਗਤ ਰਵਿਦਾਸ ਜੀ ਜਿੰਨੀ ਮਰਜ਼ੀ ਬਾਣੀ ਹੋਰ ਲਿਖ ਦੱਸਦੇ ਸੀ, ਉਹਨਾਂ ਦੀ ਉਹ ਬਾਣੀ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਜਿਹੜਾ ਤੁਸੀਂ ਨੀਚ ਹਰਕਤਾਂ ਕਰ ਰਹੇ ਹੋ ਨਾ ਪੁਆੜੇ ਪੁਆਣ ਦੀਆਂ, ਇਹ ਕੋਝੀਆਂ ਜਿਹੀਆਂ ਹਰਕਤਾਂ ਬੰਦ ਕਰ ਦਿਓ, ਇਹਨਾਂ ਦਾ ਕੋਈ ਲਾਭ ਨਹੀਂ ਹੈਗਾ। ਏਕਾ ਕਰਨ ਵਾਲੀ ਗੱਲ ਕਰੋ। ਅਸੀਂ ਅੱਜ ਤੱਕ ਕਬੀਰ ਪੰਥੀਆਂ ਨੂੰ ਨੇੜੇ ਨਹੀਂ ਲਾ ਸਕੇ, ਰਵਿਦਾਸੀਆਂ ਨੂੰ ਨੇੜੇ ਨਹੀਂ ਲਾ ਸਕੇ। ਇਹ ਸਿੱਖ ਦੀ ਸਭ ਤੋਂ ਮਾੜੀ ਆਦਤ ਹੈ, ਇਹ ਸਭ ਤੋਂ ਚੰਗੀ ਆਦਤ ਹੁੰਦੀ ਸੀ। ਪੁਰਾਣੇ ਸਿੱਖ ਇਕੱਠੇ ਰਹਿੰਦੇ ਹੁੰਦੇ ਸੀ, ਅੱਜ ਟੁਕੜੇ ਟੁਕੜੇ ਕਰਤੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਯਾ ਯੁਗ ਮੈਂ ਏਕੇ ਕੋ ਆਇਆ, ਏਕਾ ਕਰਾਉਣ ਆਈ ਸੀ ਉਹ ਸੰਸਾਰ ਦੇ ਵਿੱਚ। ਅਤੇ ਤੁਸੀਂ ਉਹਨਾਂ ਦੇ ਸਿੱਖ ਬਣ ਕੇ ਪੁਆੜੇ ਪੁਆਉਣ ਦੇ ਕੰਮ ਕਰ ਰਹੇ ਹੋ। ਇੱਕ ਹੋਣ ਵਾਲੀ ਗੱਲ ਕਰੋ ਅਤੇ ਨਹੀਂ ਚੁੱਪ ਰਹੋ। ਚੰਦ ਕੁ ਵਿਊਆਂ ਵਾਸਤੇ ਇਹੋ ਜਿਹੀਆਂ ਹਰਕਤਾਂ ਨਹੀਂ ਕਰੀਦੀਆਂ ਹੁੰਦੀਆਂ, ਕਿਸੇ ਨੇ ਬਰਦਾਸ਼ਤ ਨਹੀਂ ਕਰਨੀਆਂ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਗੁਰ ਮੰਨਦੇ ਹੋ ਨਾ, ਉਹਨਾਂ ਦੀ ਉਹ ਬਾਣੀ ਪੜ੍ਹ ਕੇ ਵਿਚਾਰ ਲਿਓ, ਉਹ ਕੀ ਕਹਿੰਦੇ ਨੇ ਭਗਤਾਂ ਬਾਰੇ। ਉਹ ਕਹਿੰਦੇ ਨੇ ਹੋਏ ਨਾਨਕ ਤੇਰੇ ਦਾਸਨ ਦਾਸਾ, ਜਿਹੜੇ ਤੇਰੇ ਦਾਸ ਨੇ ਨਾ ਪਰਮੇਸ਼ੁਰ, ਮੈਂ ਉਹਨਾਂ ਦਾ ਵੀ ਦਾਸ ਹਾਂ। ਰਵਿਦਾਸ ਜੀ ਨੇ ਆਪਣੇ ਨਾਂ ਦੇ ਪਿੱਛੇ ਦਾਸ ਲਾਇਆ, ਕਬੀਰ ਜੀ ਨੇ ਆਪਣੇ ਨਾਂ ਦੇ ਪਿੱਛੇ ਦਾਸ ਲਾਇਆ। ਰਵਿਦਾਸ ਜੀ ਦਾ ਨਾਮ ਰਵਿਦਾਸ ਹੈ, ਪਿੱਛੇ ਦਾਸ ਲੱਗਦਾ, ਇੱਕ ਦਾਸ ਉਹਨਾਂ ਨੇ ਅੱਡ ਤੋਂ ਲਾਇਆ। ਰਵਿਦਾਸ ਦਾਸ ਕਿਉਂ ਲਾਇਆ? ਕਿਉਂਕਿ ਵਡਿਆਈ ਹੀ ਦਾਸ ਨੂੰ ਮਿਲਦੀ ਹੈ। ਆਪਣੇ ਦਾਸ ਕੋ ਦਏ ਬੜਾਈ, ਆਪਣੇ ਦਾਸ ਕੋ ਨਾਮ ਜਪਾਈ। ਸ਼ਾਇਦ ਤੁਹਾਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ, ਕਦੇ ਗੌਰੀਆਂ ਨਹੀਂ ਤੁਸੀਂ ਗੁਰਬਾਣੀ 'ਚ। ਗੁਰੂ ਨਾਨਕ ਨੂੰ ਮੰਨੀ ਜਾਂਦੇ ਹੋ, ਗੁਰੂ ਨਾਨਕ ਦੀ ਵੀ ਕੋਈ ਗੱਲ ਮੰਨ ਲਓ, ਵੀ ਉਹ ਕੀ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।